ਇੱਥੋਂ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਦਾਗਿਆ ਸੀ, ਜਿਹੜਾ ਤੋਪਤੀ ਸੀ ਉੱਥੇ ਹੀ ਮਾਰ ਦਿੱਤਾ ਸੀ। ਉਹ ਸਥਾਨ ਵੀ ਤੁਹਾਨੂੰ ਅੱਗੇ ਆਪਾਂ ਦਿਖਾਵਾਂਗੇ। ਅਤੇ ਉਹ ਸਾਹਮਣੇ ਜਿਹੜਾ ਤੁਸੀਂ ਪੁਲ ਤੁਹਾਨੂੰ ਮੈਂ ਦਿਖਾ ਦੇਣਾ, ਉੱਥੋਂ ਇੱਕ ਸ਼ੋਰਟਕੱਟ, ਉਹ ਪੁਲ ਤੋਂ ਆਪਾਂ ਨੂੰ ਆਉਣਾ ਪੈਂਦਾ ਗਾ ਗੁਰਦੁਆਰਾ ਸਾਹਿਬ ਨੂੰ। ਗੁਰੂ ਹੋ ਗਈ ਸੀ, ਗੁਰੂ ਸਾਹਿਬ ਨੇ ਕਹਿ ਦਿੱਤਾ ਸੀ ਕਿ ਅਸੀਂ ਅਨੰਦਪੁਰ ਸਾਹਿਬ ਤਾਂ ਛੱਡ ਦਾਂਗੇ, ਬਟ ਪਰ ਜੰਗ ਅਸੀਂ ਜਾ ਕੇ ਨਰਮੋਗੜ 'ਚ ਕਰਾਂਗੇ। ਤਾਂ 7 ਕੱਤਕ 1704 ਨੂੰ ਇੱਥੇ ਜੰਗ ਸ਼ੁਰੂ ਹੋ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰ ਰਿਹਾ ਇੱਕ ਵਾਰ ਫਿਰ ਤੋਂ ਤੁਹਾਡਾ ਯੂਟਿਊਬ ਚੈਨਲ ਸਿੱਧੂ ਐਸ ਓਫੀਸ਼ੀਅਲ 'ਤੇ। ਅਤੇ ਆਪਾਂ ਅਨੰਦਪੁਰ ਸਾਹਿਬ ਤੋਂ ਬਾਅਦ ਪਹੁੰਚ ਚੁੱਕੇ ਹਾਂ ਆਪਣੇ ਤੀਜੇ ਪੜਾਅ 'ਤੇ। ਪਹਿਲਾ ਪੜਾਅ ਆਪਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਦੂਜਾ ਪੜਾਅ, ਸੋਰੀ ਮਾਫੀ ਚਾਹੁੰਦਾ, ਚੌਥੇ ਪੜਾਅ 'ਤੇ ਪਹੁੰਚ ਚੁੱਕਿਆ। ਪਹਿਲਾ ਪੜਾਅ ਆਪਾਂ ਅਨੰਦਪੁਰ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਅਤੇ ਦੂਜਾ ਪੜਾਅ ਆਪਾਂ ਸੀਗੇ ਕਿਲ੍ਹਾ ਲੋਹਗੜ੍ਹ ਸਾਹਿਬ, ਅਤੇ ਤੀਜਾ ਪੜਾਅ ਸੀ ਅਨੰਦਗੜ੍ਹ ਸਾਹਿਬ ਦਾ। ਅਤੇ ਹੁਣ ਚੌਥੇ ਪੜਾਅ 'ਤੇ ਆਪਾਂ ਪਹੁੰਚ ਚੁੱਕੇ ਹਾਂ। ਚੌਥਾ ਪੜਾਅ ਵੀ ਬਹੁਤ ਹੀ ਇਤਿਹਾਸਿਕ ਆਪਦੇ ਆਪ ਵਿੱਚ ਮਹੱਤਤਾ ਰੱਖਦਾ। ਪਹੁੰਚ ਚੁੱਕੇ ਹਾਂ ਗੁਰਦੁਆਰਾ ਕਿਲ੍ਹਾ ਨਰਮੋਗੜ੍ਹ ਸਾਹਿਬ, ਪਾਤਸ਼ਾਹੀ ਦਸਵੀਂ ਸਿੰਘ ਸ਼ਹੀਦਾਂ। ਅਤੇ ਅੱਗੇ ਤੁਹਾਨੂੰ ਦੱਸਦੇ ਹਾਂ ਇਤਿਹਾਸ ਕਿ ਕਿਸ ਤਰ੍ਹਾਂ ਇੱਥੋਂ ਗੁਰੂ ਸਾਹਿਬ ਨੇ ਇੱਕ ਤੀਰ ਦਾਗਿਆ ਸੀ, ਜਿਹਦੇ ਨਾਲ ਤੋਪਚੀ ਮਾਰਤਾ ਸੀਗਾ। ਇੱਥੋਂ ਤੀਰ ਛੱਡ ਕੇ ਟਿੱਬੀ ਸਾਹਿਬ, ਜਿੱਦਾਂ ਕਿ ਅਗਲੀ ਵੀਡੀਓ 'ਚ ਤੁਸੀਂ ਕਰੇਂਗੇ ਦਰਸ਼ਨ। ਗੁਰਦੁਆਰਾ ਸਾਹਿਬ ਅੰਡਰ ਕੰਸਟਰਕਸ਼ਨ ਹੈ ਅਤੇ ਚੱਲ ਰਿਹਾ, ਬਹੁਤ ਹੀ ਇਤਿਹਾਸਿਕ ਮਹੱਤਤਾ ਰੱਖਦਾ। ਅੱਜ ਆਪਾਂ ਤੁਹਾਨੂੰ ਦਿਖਾਉਂਦੇ ਹਾਂ, ਦਰਸ਼ਨ ਕਰਾਉਂਦੇ ਹਾਂ ਗੁਰਦੁਆਰਾ ਸਾਹਿਬ ਦੇ। ਅਤੇ ਜਦੋਂ ਤੱਕ ਮੈਂ ਕਿਹਾ ਬੈਕ ਕੈਮਰਾ ਕਰਦਾ, ਤੁਸੀਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਤਾਂ ਕਿਉਂਕਿ ਇਤਿਹਾਸਿਕ ਵੀਡੀਓ ਬਹੁਤ ਦੂਰੋਂ ਕਵਰ ਕਰਨ ਆਉਣਾ ਪੈਂਦਾ, ਤਾਂ ਹੀ ਸਾਨੂੰ ਹੌਸਲਾ ਬਜਾਈ ਮਿਲਦੀ ਹੈ। ਅਸੀਂ ਹੋਰ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ। ਅਤੇ ਲਾਈਕ ਕਰਨਾ ਵੀਡੀਓ ਨੂੰ ਬਿਲਕੁਲ ਨਾ ਭੁੱਲਿਓ, ਕਮੈਂਟ ਜ਼ਰੂਰ ਕਰਿਓ ਜੀ। ਆਜੋ ਆਪਾਂ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਗੁਰਦੁਆਰਾ ਸਾਹਿਬ ਦੇ, ਅਤੇ ਨਾਲੇ ਦੱਸਦਾ ਤੁਹਾਨੂੰ ਇਤਿਹਾਸ ਸੰਖੇਪ 'ਚ। ਗੁਰਦੁਆਰਾ ਸਾਹਿਬ ਬਿਲਕੁਲ ਨਹਿਰ ਜਿਹੜਾ ਦਰਿਆ ਆਉਂਦਾ ਗਾ ਅਨੰਦਪੁਰ ਸਾਹਿਬ ਤੋਂ ਅੱਗੇ ਆ ਕੇ ਕੀਰਤਪੁਰ ਸਾਹਿਬ ਕੋਲ ਦਰਿਆ ਪਾਰ ਦਿਆ, ਬਿਲਕੁਲ ਦਰਿਆ ਦੇ ਕੰਢੇ 'ਤੇ। ਉਹ ਸਾਹਮਣੇ ਜਿਹੜਾ ਤੁਸੀਂ ਪੁਲ ਤੁਹਾਨੂੰ ਮੈਂ ਦਿਖਾ ਦੇਣਾ, ਉੱਥੋਂ ਇੱਕ ਸ਼ੋਰਟਕੱਟ, ਉਹ ਪੁਲ ਤੋਂ ਆਪਾਂ ਨੂੰ ਆਉਣਾ ਪੈਂਦਾ ਗਾ ਗੁਰਦੁਆਰਾ ਸਾਹਿਬ ਨੂੰ। ਅਤੇ ਇਹ ਪੁਲ ਤੋਂ ਆ ਕੇ ਕੱਚੀ ਪੱਟੜੀ ਜੀ ਵਾਂਗੂ, ਛੋਟੀ ਪੱਟੜੀ ਆ, ਖੇਤ ਵਾਲੀ ਪਹੀ ਵਾਂਗੂ ਆ, ਅਤੇ 3-4 ਕਿਲੋਮੀਟਰ ਪਹੀ ਤੋਂ ਆਉਣਾ ਪੈਂਦਾ, ਫਿਰ ਇਹ ਗੁਰਦੁਆਰਾ ਸਾਹਿਬ ਆਉਂਦਾ ਗਾ। ਮੈਪ ਦੇ ਵਿੱਚ ਵੀ ਤੁਸੀਂ ਭਰ ਸਕਦੇ ਹੋ, ਮੈਪ ਵੀ ਤੁਹਾਨੂੰ ਪ੍ਰੋਪਰ ਲੋਕੇਸ਼ਨ ਦਿਖਾ ਦਿੰਦਾ, ਨਾਲ ਨੀਲਾ ਦਰਿਆ ਵਗਦਾ। ਅਤੇ ਇੱਧਰ ਆ ਜੀ ਗੁਰਦੁਆਰਾ ਸਾਹਿਬ ਦੀ ਇਮਾਰਤ, ਅੱਜ ਤੁਹਾਨੂੰ ਮੈਂ ਦਿਖਾ ਦਾਂ, ਇਹ ਆ ਜੀ। ਅਤੇ ਜਦੋਂ ਗੁਰੂ ਸਾਹਿਬ, ਜਦੋਂ ਉੱਥੇ ਪਹਾੜੀ ਰਾਜਿਆਂ ਨੇ ਝੂਠੀਆਂ ਕਸਮਾਂ ਖਾ ਲਈਆਂ ਸੀਗੀਆਂ, ਅਤੇ ਗੁਰੂ ਸਾਹਿਬ ਨੇ ਇੱਕ ਚਿੱਠੀ ਲਿਖ ਕੇ ਭੇਜੀ ਸੀ ਕਿ ਤੁਸੀਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿਓ, ਸਾਡੀ ਇੱਜ਼ਤ ਰੱਖਣ ਲਈ, ਸਾਡੀ ਇੱਜ਼ਤ ਰਹਿ ਦੀ, ਅਤੇ ਅਸੀਂ ਤੁਹਾਡੇ ਨਾਲ ਜੰਗ ਨਹੀਂ ਕਰਾਂਗੇ। ਉਹ ਚਿੱਠੀ ਲੈ ਕੇ ਗਿਆ ਸੀਗਾ ਵਜ਼ੀਰ ਪਰਮਾਨੰਦ ਨੂੰ, ਅਨੰਦਪੁਰ ਸਾਹਿਬ ਕਿਲ੍ਹੇ 'ਚ ਭੇਜਿਆ ਸੀਗਾ ਚਿੱਠੀ ਲਿਖ ਕੇ। ਆਹ ਇੱਥੇ ਇਤਿਹਾਸ ਦਾ ਬੋਰਡ ਵੀ ਲੱਗਿਆ ਹੋਇਆ, ਅਤੇ ਗੁਰੂ ਸਾਹਿਬ ਜਾਣੀ ਜਾਣ ਸੀਗੇ, ਉਹਨਾਂ ਨੂੰ ਪਤਾ ਸੀ ਕਿ ਇਹਨਾਂ ਨੇ ਜਿਹੜੀਆਂ ਕਸਮਾਂ ਖਾਧੀਆਂ ਇਹ ਝੂਠੀਆਂ ਨੇ, ਅਤੇ ਇਹ ਕਸਮਾਂ ਤੋਂ ਮੁੱਕਰਨਗੇ ਅਤੇ ਹਮਲਾ ਕਰਨਗੇ। ਅਤੇ ਗੁਰੂ ਸਾਹਿਬ ਨੇ 6 ਕੱਤਕ ਦਿਨ ਸੋਮਵਾਰ ਨੂੰ ਅਨੰਦਪੁਰ ਸਾਹਿਬ ਛੱਡ ਦਿੱਤਾ ਸੀ, ਅਤੇ ਨਰਮੋਗੜ੍ਹ ਵਿੱਚ ਉਤਾਰਾ ਕੀਤਾ, ਅਤੇ ਉਹਨਾਂ ਨੇ ਇੱਥੇ ਆ ਕੇ ਕਹਿ ਦਿੱਤਾ ਸੀ, ਲਿਖਿਆ ਹੋਇਆ ਇਤਿਹਾਸ, 7 ਕੱਤਕ 1704 ਨੂੰ ਜੰਗ ਇੱਥੇ ਸ਼ੁਰੂ ਹੋ ਗਈ ਸੀ। ਗੁਰੂ ਸਾਹਿਬ ਨੇ ਕਹਿ ਦਿੱਤਾ ਸੀ ਕਿ ਅਸੀਂ ਅਨੰਦਪੁਰ ਸਾਹਿਬ ਤਾਂ ਛੱਡ ਦਾਂਗੇ, ਬਟ ਪਰ ਜੰਗ ਅਸੀਂ ਜਾ ਕੇ ਨਰਮੋਗੜ੍ਹ 'ਚ ਕਰਾਂਗੇ। ਤਾਂ 7 ਕੱਤਕ 1704 ਨੂੰ ਇੱਥੇ ਜੰਗ ਸ਼ੁਰੂ ਹੋ ਗਈ ਸੀ, ਜਿਸ ਵਿੱਚ ਕਈ ਸਿੰਘਾਂ ਨੇ ਸ਼ਹੀਦੀਆਂ ਕੀਤੀਆਂ, ਅਤੇ ਗੁਰੂ ਜੀ ਤੀਜੇ ਪਹਿਰ ਕੇਸਾਂ ਨੂੰ ਕੰਘਾ ਕਰ ਰਹੇ ਸੀ, ਅਤੇ ਭਾਈ ਰਾਮ ਸਿੰਘ ਜੀ ਚੋਰ ਬਰਾਦਰ ਦੀ ਸੇਵਾ ਕਰ ਰਹੇ ਸੀ, ਅਤੇ ਇੰਨੇ ਨੂੰ ਜਿਹੜੀਆਂ ਸ਼ਾਹੀ ਫੌਜਾਂ ਸੀਗੀਆਂ ਉਹਨਾਂ ਨੇ ਉੱਥੋਂ ਇੱਕ ਜਿਹੜਾ ਤੋਪ ਦਾ ਗੋਲਾ ਗਾ ਉਹ ਮਾਰਿਆ ਸੀਗਾ, ਅਤੇ ਜਿਹਦੇ ਵਿੱਚ ਭਾਈ ਸਾਹਿਬ ਜੀ ਸ਼ਹੀਦ ਹੋ ਗਏ ਸੀ। ਅਤੇ ਫਿਰ ਗੁਰੂ ਸਾਹਿਬ ਜੀ ਨੇ ਇੱਥੋਂ ਇੱਕ ਤੀਰ ਛੱਡਿਆ ਸੀ, ਕਿਉਂਕਿ ਜਿਹੜਾ ਉਹ ਤੋਪ ਦਾ ਗੋਲਾ ਸੀ ਉਹ ਟਿੱਬੀ ਸਾਹਿਬ ਤੋਂ ਦਾਗਿਆ ਸੀਗਾ, ਅਤੇ ਗੁਰੂ ਸਾਹਿਬ ਜੀ ਨੇ ਇੱਥੋਂ ਤੀਰ ਮਾਰ ਕੇ ਜਿਹੜਾ ਤੋਪ ਦਾ ਉਹ ਚਲਾ ਰਿਹਾ ਸੀਗਾ, ਅਤੇ ਉਹਨੂੰ ਉੱਥੋਂ ਮਾਰ ਦਿੱਤਾ ਸੀਗਾ। ਅਤੇ ਅੱਗੇ ਸੁਣੋ ਆਪਾਂ ਗੁਰਦੁਆਰਾ ਟਿੱਬੀ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ, ਅਤੇ ਜਿੰਨੇ ਵੀ ਸਿੰਘ ਇੱਥੇ ਇਸ ਜੰਗ ਦੇ ਵਿੱਚ, ਕਿਉਂਕਿ ਜੰਗ ਚੱਲੀ ਜਾਂਦੀ ਸੀ, ਜਿੰਨੇ ਵੀ ਸਿੰਘ ਇਸ ਜੰਗ ਦੇ ਵਿੱਚ ਸ਼ਹੀਦ ਹੋਏ ਸੀਗੇ, ਤਾਂ ਗੁਰੂ ਸਾਹਿਬ ਨੇ ਉਹਨਾਂ ਦਾ ਇੱਕੋ ਹੀ ਅੰਗੀਠੇ 'ਚ ਇੱਥੇ ਸੰਸਕਾਰ ਕੀਤਾ ਸੀ, ਅਤੇ ਅੰਗੀਠਾ ਸਾਹਿਬ ਦੀ ਸੇਵਾ ਚੱਲ ਰਹੀ ਹੈਗੀ। ਗੁਰਦੁਆਰਾ ਸਾਹਿਬ ਅੰਡਰ ਕੰਸਟਰਕਸ਼ਨ ਹੈ ਜੀ, ਅਤੇ ਗੁਰਦੁਆਰਾ ਸਾਹਿਬ ਤੁਹਾਨੂੰ ਦਿਖਾ ਦਿੰਦਾ, ਜੇ ਪਿੱਛੇ ਪੁਰਾਣੀ ਇਮਾਰਤ ਹੋਈ ਗੁਰਦੁਆਰਾ ਸਾਹਿਬ ਦੀ, ਮੈਂ ਤੁਹਾਨੂੰ ਉਹ ਵੀ ਦਿਖਾਉਣ ਦੀ ਕਰਦਾ ਕੋਸ਼ਿਸ਼, ਜੇ ਨਾ ਗਾ ਪਿੱਛੇ ਦੀ ਹੋਇਆ ਤਾਂ ਆਪਾਂ ਪਰਾਂ ਦੀ ਚੱਲਾਂਗੇ। ਇਸ ਤੋਂ ਬਾਅਦ ਜਿਹੜਾ ਗੁਰੂ ਸਾਹਿਬ ਨੇ ਗੁਰਦੁਆਰਾ ਟਿੱਬੀ ਸਾਹਿਬ ਮਾਰਿਆ ਸੀਗਾ ਤੀਰ, ਅਤੇ ਸੁਣੋ ਉਹ ਟਿੱਬੀ ਸਾਹਿਬ ਦੇ ਵੀ ਕਰਾਵਾਂਗੇ ਆਪਾਂ ਦਰਸ਼ਨ, ਅਤੇ ਇਹ ਤੋਂ ਬਾਅਦ ਆਪਾਂ ਜਾਵਾਂਗੇ ਗੁਰਦੁਆਰਾ ਪਰਿਵਾਰ ਵਿਛੋੜਾ, ਜਿੱਥੇ ਗੁਰੂ ਸਾਹਿਬ ਦਾ ਪਰਿਵਾਰ ਆਪਣੇ ਜਿੱਦਾਂ ਪਤਾ ਹੀ ਹੈ ਕਿ ਅਲੱਗ ਹੋਏ ਸੀ। ਅਤੇ ਇਹ ਗੁਰਦੁਆਰਾ ਸਾਹਿਬ ਅਗੇਨ ਦੱਸਦਾ ਮੈਂ, ਜਿਹੜਾ ਚੰਡੀਗੜ੍ਹ ਤੋਂ ਅਨੰਦਪੁਰ ਸਾਹਿਬ ਨੂੰ, ਜਿਹੜਾ ਚੰਡੀਗੜ੍ਹ ਤੋਂ ਇੱਧਰ ਅਨੰਦਪੁਰ ਸਾਹਿਬ ਰਹਿ ਜਾਂਦਾ, ਅਤੇ ਆ ਜਾਂਦਾ ਇੱਧਰੋਂ ਰੋਡ ਇਹ ਚੰਡੀਗੜ੍ਹ ਸਾਹਿਬ, ਚੰਡੀਗੜ੍ਹ ਨੂੰ, ਅਤੇ ਇਸ ਰੋਡ ਦੇ ਉੱਤੇ ਆ ਖਰੜ ਵਾਲਾ, ਖਰੜ ਤੋਂ ਜਿਹੜਾ ਅਨੰਦਪੁਰ ਰੋਡ ਆ ਰੋਡ 'ਤੇ ਇੱਧਰੋਂ ਵੀ ਰਸਤਾ ਹੈਗਾ, ਜੇਕਰ ਕਿਸੇ ਨੇ ਆਉਣਾ ਹੋਵੇ ਸ਼ਾਇਦ ਉਹ ਪਰਾਂ ਦੀ ਰਸਤਾ ਘੁੰਮ ਕੇ ਆਉਂਦਾ ਹੈਗਾ ਉੱਧਰ ਦੀ, ਉਹ ਪੁਲ ਆ ਗਿਆ ਸਾਹਮਣੇ, ਅਤੇ ਉੱਧਰ ਦੀ ਵੀ ਤੁਸੀਂ ਆ ਸਕਦੇ ਹੋ। ਇੱਥੇ ਗੁਰਦੁਆਰਾ ਸਾਹਿਬ ਹੈਗਾ, ਅਤੇ ਆ ਬੋਰਡ ਲੱਗਿਆ ਹੋਇਆ ਜੀ।
ਹੁਣ ਆਪਾਂ ਬਿਲਕੁਲ ਉੱਪਰ ਚੱਲਾਂਗੇ ਇਹ ਗੁਰਦੁਆਰਾ ਸਾਹਿਬ ਰੋਡ 'ਤੇ ਅਤੇ ਇੱਕ ਨਿਸ਼ਾਨ ਸਾਹਿਬ ਉੱਪਰ ਵੀ ਲੱਗਿਆ ਹੋਇਆ ਹੈਗਾ ਜਿੱਥੋਂ ਗੁਰੂ ਸਾਹਿਬ ਨੇ ਧੀਰ ਦਾਗਿਆ ਸੀ ਅਤੇ ਹੁਣ ਮੋਟਰਸਾਈਕਲ ਚੱਕ ਲਿਆ ਕਿਉਂਕਿ ਕਾਫੀ ਉੱਪਰ ਜਾ ਕੇ ਆ ਉਹ ਸਾਹਮਣੇ ਤੁਸੀਂ ਦੇਖ ਰਹੇ ਹੋਵੇਗੇ ਆਪਾਂ ਤੁਹਾਨੂੰ ਉੱਥੇ ਜਾ ਕੇ ਵੀ ਕਰਾਉਂਦੇ ਹਾਂ ਦਰਸ਼ਨ ਗੁਰਦੁਆਰਾ ਸਾਹਿਬ ਦੇ ਅਤੇ ਮਿਲ ਜਾ ਕੇ ਉਹ ਪੌੜੀਆਂ ਚੜ੍ਹਦੀਆਂ ਜੀ ਉੱਥੋਂ ਵਿੱਚ ਚਲਾ ਦਿੰਦੇ ਹਾਂ ਮੋਟਰਸਾਈਕਲ ਆਪਾਂ ਆਹ ਪੌੜੀਆਂ ਜਾਂਦੀਆਂ ਨੇ ਜੀ ਅਤੇ ਹੁਣ ਆਪਾਂ ਉੱਪਰੋਂ ਜਾਵਾਂਗੇ ਅਤੇ ਇੱਧਰ ਸਾਹਮਣੇ ਪਿੱਛੇ ਜਿਹੜਾ ਪਹਿਲਾਂ ਤੁਹਾਨੂੰ ਗੁਰਦੁਆਰਾ ਸਾਹਿਬ ਦਰਸ਼ਨ ਕਰਾਏ ਉਹ ਸੀ ਗੁਰਦੁਆਰਾ ਅੰਗੀਠਾ ਸਾਹਿਬ ਜਿੱਥੇ ਸੰਸਕਾਰ ਸੀ ਅਤੇ ਉਹ ਜਗ੍ਹਾ ਬਣ ਰਹੀ ਆ ਹੁਣ ਇੱਥੇ ਆਪਾਂ ਉੱਪਰ ਚੱਲਾਂਗੇ ਜਿੱਥੋਂ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਦਾਗਿਆ ਸੀ ਅਤੇ ਇਹ ਪੌੜੀਆਂ ਚੜ੍ਹ ਕੇ ਆਪਾਂ ਉੱਪਰ ਚੱਲਾਂਗੇ ਆ ਜਾਓ ਦਮ ਚੜ੍ਹ ਰਿਹਾ ਥੋੜ੍ਹਾ ਜਿਹਾ ਅੱਗੇ ਸੁਣ ਆਪਾਂ ਗੁਰਦੁਆਰਾ ਸਾਹਿਬ ਦੇ ਕਰਾਵਾਂਗੇ ਦਰਸ਼ਨ ਨਿਸ਼ਾਨ ਸਾਹਿਬ ਲੱਗਿਆ ਹੋਇਆ ਉੱਪਰ ਇੱਥੇ ਵਿਊ ਬਹੁਤ ਸੋਹਣਾ ਆ ਰਿਹਾ ਹੈਗਾ ਜੇਕਰ ਦੇਖੀਏ ਨਾ ਹਾਂ ਅਸੀਂ ਗੁਰਦੁਆਰਾ ਅੰਗੀਠਾ ਸਾਹਿਬ ਦੀ ਸੇਵਾ ਚੱਲ ਰਹੀ ਹੈ ਜੀ ਜਿੱਥੇ ਸਿੰਘਾਂ ਦਾ ਸੰਸਕਾਰ ਕੀਤਾ ਗਿਆ ਸੀ ਹਾਂਜੀ ਹੁਣ ਆਪਾਂ ਲੈ ਚੱਲੀਏ ਉੱਪਰ ਇਹਨਾਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਰਿਹਾ ਕਰੋ ਕਿਉਂਕਿ ਜੇਕਰ ਸਾਨੂੰ ਵੀ ਇਹੀ ਹੈ ਕਮੈਂਟ ਕਰਕੇ ਹੌਸਲਾ ਬਜਾਈ ਦੇ ਦਿਆ ਕਰੋ ਥੋੜ੍ਹੀ ਬਹੁਤ ਤਾਂ ਕਿ ਅਸੀਂ ਅੱਗੇ ਤੋਂ ਹੋਰ ਥੋੜ੍ਹਾ ਮੋਟੀਵੇਟ ਹੋ ਕੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆ ਸਕੀਏ ਤੁਹਾਡੇ ਸਾਹਮਣੇ ਚਲੋ ਜੀ ਮੈਂ ਚੜ੍ਹਦੇ ਇੰਨੇ ਪੌੜੀਆਂ ਜੇਕਰ ਚੈਨਲ ਹਜੇ ਤੁਸੀਂ ਨਹੀਂ ਕੀਤਾ ਸਬਸਕ੍ਰਾਈਬ ਉਦੋਂ ਤੱਕ ਕਰੋ ਸਬਸਕ੍ਰਾਈਬ ਅੱਗੇ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਕਰਾਉਂਦੇ ਹਾਂ ਦਰਸ਼ਨ ਬਹੁਤ ਸੋਹਣਾ ਵਿਊ ਆ ਦਰਿਆ ਵਗ ਰਿਹਾ ਨੀਲਾ ਨੀਲਾ ਪਾਣੀ ਆ ਪੌੜੀਆਂ 'ਤੇ ਦਮ ਚੜ੍ਹ ਗਿਆ ਚਲੋ ਗੁਰੂ ਮਹਾਰਾਜ ਕਿਰਪਾ ਕਰਨ ਇਹ ਸਥਾਨ ਆ ਜੀ ਦਰਸ਼ਨ ਕਰ ਲਓ ਗੁਰਦੁਆਰਾ ਸਾਹਿਬ ਦੇ ਇੱਥੋਂ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਦਾਗਿਆ ਸੀ ਜਿਹੜਾ ਤੋਪਤੀ ਸੀ ਉਹ ਉੱਥੇ ਮਾਰ ਦਿੱਤਾ ਸੀ ਉਹ ਸਥਾਨ ਵੀ ਤੁਹਾਨੂੰ ਅੱਗੇ ਆਪਾਂ ਦਿਖਾਵਾਂਗੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਜੀ ਇੱਥੇ ਅਤੇ ਉੱਚਾਈ ਦੇਖ ਸਕਦੇ ਹੋ ਬਹੁਤ ਹੀ ਉੱਚਾਈ 'ਤੇ ਬਣੀ ਹੋਈ ਜਗ੍ਹਾ ਜੀ ਦੇਖੋ ਗੁਰਦੁਆਰਾ ਨਿਰਮੋਲਗੜ੍ਹ ਸਾਹਿਬ ਪਾਤਸ਼ਾਹੀ ਦਸਵੀਂ ਸਿੰਘ ਸ਼ਹੀਦਾਂ ਜੀ ਵੀਡੀਓ ਸਾਡੀ ਗੁਰਦੁਆਰਾ ਨਿਰਮੋਲਗੜ੍ਹ ਸਾਹਿਬ 'ਤੇ ਹੁਣ ਆਪਾਂ ਇਸੇ ਵੀਡੀਓ ਨੂੰ ਕੰਟੀਨਿਊ ਕਰਦੇ ਹੋਏ ਆਪਾਂ ਜਾਵਾਂਗੇ ਗੁਰਦੁਆਰਾ ਟਿੱਬੀ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੋਂ ਮਾਰਿਆ ਸੀ ਤੀਰ ਅਤੇ ਜਾ ਤੋਪਚੀ ਮਾਰਤਾ ਸੀ ਜਿ ਉਹ ਹੁਣ ਆਪਾਂ ਉਸ ਥਾਂ ਦੇ ਵੀ ਤੁਹਾਨੂੰ ਕਰਾਵਾਂਗੇ ਦਰਸ਼ਨ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅਤੇ ਪਹਿਲੀ ਵਾਰ ਮੈਂ ਪਹਿਲੇ ਟੂਰ 'ਤੇ ਨਿਕਲਿਆ ਗੋਲ ਭਰਨੇ 'ਚ ਨਹੀਂ ਤਾਂ ਪੱਗ ਬੰਨੀ ਹੁੰਦੀ ਹੈ ਸ਼ਾਇਦ ਘਰੋਂ ਵੀ ਇਹਦੇ ਕਰਕੇ ਗਾਲਾਂ ਥੋੜੀਆਂ ਜਿਹੀਆਂ ਪੈ ਜਾਣ ਮੇਰੇ ਚਲੋ ਕੋਈ ਗੱਲ ਨਹੀਂ ਲੇਕਿਨ ਮੈਨੂੰ ਪਤਾ ਮੈਂ ਵਧੀਆ ਲੱਗ ਰਿਹਾ ਚਲੋ ਜੀ ਆਪਾਂ ਹੁਣ ਤੁਹਾਨੂੰ ਮਿਲਦੇ ਹਾਂ ਅਗਲੇ ਸਥਾਨ 'ਤੇ ਅਤੇ ਇਸ ਵੀਡੀਓ ਨੂੰ ਕੰਟੀਨਿਊ ਜੇਕਰ ਨਹੀਂ ਲੰਬੀ ਲੈਂਥ ਜ਼ਿਆਦਾ ਹੋਈ ਇਸ ਵੀਡੀਓ ਦੀ ਤਾਂ ਆਪਾਂ ਗੁਰਦੁਆਰਾ ਟਿੱਬੀ ਸਾਹਿਬ ਦੀ ਜਿਹੜੀ ਵੀਡੀਓ ਆ ਉਹ ਅਲੱਗ ਤੋਂ ਪਾਵਾਂਗੇ ਅਤੇ ਇਹ ਵੀਡੀਓ ਦਾ ਇੱਥੇ ਮੈਂ ਕਰ ਰਿਹਾ ਐਂਡ ਤੱਕ ਦਿਓ ਜੀ ਇਜਾਜ਼ਤ ਕੱਲ੍ਹ ਨੂੰ ਨਵੀਂ ਵੀਡੀਓ ਆ ਜੂਗੀ ਤੁਹਾਡੇ ਕੋਲ ਗੁਰਦੁਆਰਾ ਟਿੱਬੀ ਸਾਹਿਬ ਦੀ ਕਿਉਂਕਿ 1x1 ਕਰਕੇ ਆਪਾਂ ਦਮਦਮਾ ਸਾਹਿਬ ਤੱਕ ਦਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਮਾਰਗ ਹੈਗਾ ਇੱਕ ਨਕਸ਼ੇ ਦੇ ਅਧੀਨ ਆਪਾਂ ਚੱਲ ਰਹੇ ਹਾਂ ਨਕਸ਼ਾ ਡਾਊਨਲੋਡ ਕਰ ਲਿਆ ਇੰਟਰਨੈਟ ਤੋਂ ਆਪਾਂ ਜਦੋਂ ਹੁਣ ਪਿਛਲੀ ਵੀਡੀਓ ਦੇਖਿਆ ਹੋ ਅਨੰਦਪੁਰ ਸਾਹਿਬ ਤੋਂ ਪਤਾ ਕੀਤਾ ਸੀ ਨਕਸ਼ਾ ਮਿਲਿਆ ਨਹੀਂ ਸੀ ਅਤੇ ਇੰਟਰਨੈਟ 'ਤੇ ਜੋ ਸਾਨੂੰ ਮੈਪ ਮਿਲਿਆ ਹੋਇਆ ਉਹ ਮੈਪ ਨੂੰ ਕਵਰ ਕਰਦੇ ਹੋਏ 1x1 ਅਸੀਂ ਇੱਕ ਸਥਾਨ ਕਵਰ ਕਰਦੇ ਹੋਏ ਦਰਸ਼ਨ ਕਰਦੇ ਹੋਏ ਤੁਹਾਨੂੰ ਵੀ ਨਾਲ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸਾਹਿਬ ਦੇ ਅਤੇ ਆਪਾਂ ਅਗਲੇ ਸਥਾਨ ਵੱਲ ਚੱਲਦੇ ਹਾਂ ਜੀ ਹੁਣ ਇੱਥੋਂ ਅਸੀਂ ਜਾਵਾਂਗੇ ਗੁਰਦੁਆਰਾ ਟਿੱਬੀ ਸਾਹਿਬ ਫਿਰ ਜਾਵਾਂਗੇ ਗੁਰਦੁਆਰਾ ਪਰਿਵਾਰ ਵਿਛੋੜਾ ਜਿਹੜਾ ਇਹ ਸਾਡਾ ਪਹਿਲਾ ਸ਼ਾਇਦ ਕਿਉਂਕਿ ਕੱਪੜੇ ਇਹੀ ਰਹਿਣ ਕਿਉਂਕਿ ਅਸੀਂ 1 ਜਾਂ 2 ਦਿਨ ਦੇ ਵਿੱਚ ਹੀ ਕਵਰ ਕਰ ਦਾਂਗੇ ਅਤੇ ਅੱਜ ਇਹ ਸੇਮ ਲਿਬਾਸ ਦੇ ਵਿੱਚ ਅਸੀਂ ਚਮਕੌਰ ਸਾਹਿਬ ਤੱਕ ਦਾ ਜਿਹੜਾ ਸਫ਼ਰ ਆ ਉਹ ਤੈਅ ਕਰਾਂਗੇ ਚਮਕੌਰ ਸਾਹਿਬ ਤੋਂ ਤੱਕ ਦੀਆਂ ਅਸੀਂ ਵੀਡੀਓਜ਼ 2 ਹਫ਼ਤੇ ਲਗਾਤਾਰ ਅਪਡੇਟ ਕਰਕੇ ਫਿਰ ਆਪਦਾ ਅਗਲਾ ਸਫ਼ਰ ਚਮਕੌਰ ਸਾਹਿਬ ਤੋਂ ਅੱਗੇ ਦਾ ਸਫ਼ਰ ਕਿੱਥੋਂ ਤੱਕ ਦਾ ਕਰਨਾ ਉਹ ਹਜੇ ਪਲਾਨ ਕਰਕੇ ਸਫ਼ਰ ਸ਼ੁਰੂ ਕਰਾਂਗੇ ਅਤੇ ਇਹ ਚੌਥੀ ਵੀਡੀਓ ਸੀ ਜੀ ਅਤੇ ਵੀਡੀਓ ਨੂੰ ਬਾਅਦ ਸਾਨੂੰ ਵੱਧ ਤੋਂ ਵੱਧ ਸਪੋਰਟ ਕਰਨ ਲਈ ਚੈਨਲ ਨੂੰ ਕਰ ਸਕਦੇ ਹੋ ਸਬਸਕ੍ਰਾਈਬ ਕਰੋ ਜ਼ਰੂਰ ਅਤੇ ਵੀਡੀਓ ਨੂੰ ਸ਼ੇਅਰ ਤੱਕ ਕਰ ਹੀ ਦਿਓ ਲਾਈਕ ਕਰਕੇ ਕਮੈਂਟ ਕਰਕੇ ਹੌਸਲਾ ਅਫਜਾਈ ਜ਼ਰੂਰ ਦਿਓ ਤਦ ਤੱਕ ਲਈ ਦਿਓ ਇਜਾਜ਼ਤ ਜੀ ਸਤਿ ਸ਼੍ਰੀ ਅਕਾਲ।